ਐਮਐਲਏ ਕੁਲਬੀਰ ਜੀਰਾ ਦੀ ਬਗਾਵਤ ਤੋਂ ਬਾਅਦ ਕੈਪਟਨ ਹੋਇਆ ਅਲਰਟ, ਬੁਲਾਈ ਸਾਰੇ ਮੰਤਰੀਆਂ ਤੇ ਐਮਐਲਏ ਦੀ ਮੀਟਿੰਗ, 4 ਦਿਨਾਂ 'ਚ ਹੋਵੇਗੀ ਮਾਝਾ ਮਾਲਵਾ ਤੇ ਦੁਆਬਾ ਦੇ ਸਾਰੇ ਮੰਤਰੀਆਂ ਅਤੇ ਐਮਐਲਏਆਂ ਨਾਲ ਮੁਲਾਕਾਤ। ਸੁਖਪਾਲ ਖਹਿਰਾ ਨੇ ਐਮਐਲਏ ਕੁਲਬੀਰ ਜੀਰਾ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਦਿੱਤੇ ਬਿਆਨ ਦਾ ਕੀਤਾ ਸਮਰਥਨ, ਆਪਣੇ ਬਿਆਨ ਤੋਂ ਪਿੱਛੇ ਨਾ ਹਟਣ ਦੀ ਦਿੱਤੀ ਸਲਾਹ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਫਰੀਦਕੋਟ ਤੋਂ ਦੋ ਵਾਰ ਰਹੇ ਐਮਐਲਏ ਜੋਗਿੰਦਰ ਸਿੰਘ ਪੰਜਗੁਰਾਈਆਂ ਨੂੰ ਕਰਵਾਈ ਅਕਾਲੀ ਦਲ ਜੁਆਇਨ, ਕਾਂਗਰਸੀ ਐਮਐਲਏ ਜੀਰਾ ਅਤੇ ਆਈਜੀ ਛੀਨਾ ਖਿਲਾਫ਼ ਸੀਬੀਆਈ ਇਨਕੁਆਇਰੀ ਦੀ ਵੀ ਕੀਤੀ ਮੰਗ। ਬਠਿੰਡਾ 'ਚ ਲਾਪਤਾ ਨੌਜਵਾਨ ਦੀ 30 ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਮਿਲੀ ਲਾਸ਼, ਸਥਿਤੀ ਹੋਈ ਤਣਾਅਪੂਰਨ, ਥਾਣੇਦਾਰ ਨੇ ਕੱਢੀ ਰਿਵਾਲਵਰ। ਜਲੰਧਰ 'ਚ ਨਜਾਇਜ਼ ਉਸਾਰੀਆਂ ਨੂੰ ਲੈ ਕੇ ਪ੍ਰਸ਼ਾਸਨ ਹੋਇਆ ਸਖ਼ਤ, ਕਬਜ਼ਿਆਂ ਨੂੰ ਢਾਉਣ ਪੁੱਜੀਆਂ ਜੇਸੀਬੀ ਮਸ਼ੀਨਾਂ, ਲੋਕਾਂ ਨੇ ਕੀਤਾ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਇੱਟਾਂ ਰੋੜਿਆਂ ਨਾਲ ਹਮਲਾ।